गुरदासपुर के डाकखाना चौंक के आम आदमी पार्टी के वालों अमित शाह से चरणजीत चन्नी का पुतला फूकया गया, जिस विच उन्होंने धरना लगा के नारेबाजी की। उन्होंने कहा कि पहला 15 किलोमीटर BSF का दायरा से जिसन केंद्र सरकार के वालों वधा के 50 किलोमीटर कर दिया गया। उन्होंने कहना है कि चरणजीत चन्नी पिछले दिन ही अमित शाह मीटिंग करके आए थे, उस तो बाद केंद्र सरकार के वालों 50 किलोमीटर का दायरा वधाया गया है। ना ही उन्होंने कहना कि कल गुरदासपुर चरणजीत चन्नी आए थे जो सिर्फ रिश्तेदारों ही कपड़े थान दे के गए। उन्होंने कहा कि मुख्यमंत्री चरणजीत चन्नी के वालों कहा गया कि तुसी साडी कुड़ी का ध्यान रखो, असी तुहाडा रखांगे। आम आदमी पार्टी वर्करां दे वल्लों कहा गया कि यह गल्लां मुख्यमंत्री दे मूहों चंगियां नहीं लगदियां। नाल ही उन्होंने कहना कि केंद्र सरकार दे नाल मिल के मुख्यमंत्री ने पंजाब नूं केंद्र दे हवाले कीता है। इस दे नाल ही उन्होंने दस्सिया कि आम आदमी पार्टी वल्लों मुख्यमंत्री दा जिहड़ा जल्द ही अनाउंस कीता जाएगा अते 2022 दे विच आम आदमी पार्टी की सरकार बन जा रही है। ਅੱਜ ਜੋ ਅਸੀਂ ਇੱਥੇ ਪੁਤਲਾ ਫੂਕ ਮੁਜ਼ਾਹਰਾ ਕੀਤਾ ਹੈ, ਅਕਸਰ ਹੀ ਅਸੀਂ ਦੇਖਿਆ ਹੈ ਪੂਰਾ ਪੰਜਾਬ ਪੂਰਾ ਦੇਸ਼ ਹੀ ਮੁਜ਼ਾਹਰਾ ਔਰ ਧਰਨਿਆਂ 'ਤੇ ਹੋ। ਅਸਲ ਇਹ ਪੁਤਲਾ ਫੂਕਣ ਦਾ ਜਿਹੜਾ ਮਕਸਦ ਸੀ, ਜਿਹੜੀ ਲੋਕਾਂ ਤੱਕ ਆਵਾਜ਼ ਪਹੁੰਚਾਉਣੀ ਸੀ, ਉਹ ਸਾਡਾ ਮਕਸਦ ਇਹ ਸੀ ਕਿ ਜੋ ਅਣਐਲਾਨੀ ਐਮਰਜੈਂਸੀ ਪੂਰੇ ਦੇਸ਼ ਦੇ ਵਿੱਚ ਲੱਗੀ ਹੋਈ ਆ ਉਹਨੂੰ ਪੰਜਾਬ ਦੇ ਵਿੱਚੋਂ ਐਲਾਨਿਆ ਜਾ ਰਿਹਾ, ਸ਼ੁਰੂਆਤ ਹੋਈ ਆ। ਇਹ ਜੋ 15 ਕਿਲੋਮੀਟਰ ਤੋਂ 50 ਕਿਲੋਮੀਟਰ ਦਾ ਦਾਇਰਾ BSF ਨੂੰ ਦਿੱਤਾ ਗਿਆ ਹੈ, ਉਹ ਅਣਐਲਾਨੀ ਐਮਰਜੈਂਸੀ ਦਾ ਐਲਾਨ ਹੋਣਾ ਸ਼ੁਰੂ ਹੋਇਆ ਹੈ ਅਤੇ ਅਸੀਂ ਉਹਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੈ ਕਿ ਐਮਰਜੈਂਸੀ ਸਾਡੇ ਦੇਸ਼ ਦੇ ਵਿੱਚ ਕੋਈ ਨਹੀਂ ਹੈਗੀ। ਔਰ ਤੁਸੀਂ ਇਹ ਅਣਐਲਾਨੀ ਹੋਈ ਹੈ ਕਿ ਲੋਕ ਬੈਠੇ ਹੋਏ ਨੇ ਧਰਨਿਆਂ 'ਤੇ, ਕਾਨੂੰਨਾਂ ਨੂੰ ਵਾਪਸ ਲਓ, ਜਿਹੜਾ ਕਾਨੂੰਨ ਅਸਲ ਬਣਦਾ ਹੈ ਉਹਨੂੰ ਲੈ ਕੇ ਆਓ, ਲੋਕਤੰਤਰ ਦੀ ਹੱਤਿਆ ਨਾ ਕਰੋ। ਉਹਦੇ ਤਹਿਤ ਅੱਜ ਅਸੀਂ ਪੁਤਲਾ ਫੂਕਿਆ ਹੈ। ਅਣਐਲਾਨੀ ਐਮਰਜੈਂਸੀ ਨੂੰ ਐਲਾਨ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਮੋਦੀ ਸਰਕਾਰ ਨੇ 15 ਤੋਂ 50 ਕਿਲੋਮੀਟਰ ਏਰੀਆ ਕਰਕੇ ਕੀਤੀ ਆ, ਉਹਦੇ ਵਿਰੋਧ ਦੇ ਵਿੱਚ ਅਸੀਂ ਜਿਹੜਾ ਇਹ ਪੁਤਲਾ ਫੂਕ ਮੁਜ਼ਾਹਰਾ ਕੀਤਾ। ਆਮ ਆਦਮੀ ਪਾਰਟੀ ਵੱਲੋਂ ਮੈਂ ਕਸ਼ਮੀਰ ਸਿੰਘ ਵਾਲਾ, ਜਿਹੜਾ ਇੰਚਾਰਜ ਗੁਰਦਾਸਪੁਰ ਹੈ ਆਮ ਆਦਮੀ ਪਾਰਟੀ ਦੀ। ਅੱਜ ਸਾਡੇ ਸਾਰੇ ਸਾਥੀਆਂ ਰਲ ਕੇ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਇੰਚਾਰਜ ਸੀਗੇ ਸਾਰਿਆਂ ਨੇ, ਅੱਜ ਅਮਿਤ ਸ਼ਾਹ ਦਾ ਅਤੇ ਜਿਹੜਾ ਚੰਨੀ ਉਹਦਾ ਪੁਤਲਾ ਫੂਕਣ ਦਾ ਕਾਰਨ ਇਹ ਆ ਕਿ ਚੰਨੀ ਨੇ ਰਲ ਕੇ ਸੈਂਟਰ ਗੌਰਮੈਂਟ ਨਾਲ ਥੋੜ੍ਹੇ ਦਿਨ ਪਹਿਲਾਂ ਹੀ ਜਾ ਕੇ ਇਹਨੇ ਦਿੱਲੀ ਦੇ ਵਿੱਚ ਜਿਹੜੀ ਅਮਿਤ ਸ਼ਾਹ ਨਾਲ ਅਤੇ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਨੂੰ ਗਿਰਵੀ ਰੱਖਣ ਵਾਸਤੇ ਜਿਹੜਾ 15 ਕਿਲੋਮੀਟਰ ਦੀ ਪੱਟੀ ਸੀ ਉਹਦੀ 50 ਕਿਲੋਮੀਟਰ ਦੀ ਜਿਹੜੀ ਉਹ ਜਾਂਚ ਦੇ ਕੇ ਆਇਆ। ਇਹਦੇ ਆਉਣ ਤੋਂ ਬਾਅਦ ਆਉਂਦਿਆਂ ਹੀ ਸਰ ਕਿ ਉਹ ਅਮਿਤ ਸ਼ਾਹ ਨੇ ਜਿਹੜੀ ਉਹ ਜਿਹੜਾ ਗ੍ਰਹਿ ਮੰਤਰੀ ਹਿੰਦੁਸਤਾਨ ਦਾ ਉਹਨੇ ਅਨਾਊਂਸਮੈਂਟ ਕਰਤੀ ਕਿ 50 ਕਿਲੋਮੀਟਰ ਦੇ ਏਰੀਆ 'ਤੇ ਜਿਹੜੀ ਉਹ BSF ਦਿੱਤਾ ਗਿਆ। ਮੈਂ ਸਮਝਣਾ ਕਿ ਇਹ ਜਿਹੜੀ ਉਹ ਮਿੰਨੀ ਐਮਰਜੈਂਸੀ ਆ ਔਰ ਅੱਧੇ ਪੰਜਾਬ ਨੂੰ ਲਗਭਗ ਜਿਹੜਾ ਇੱਕ ਝਟਕੇ ਨਾਲ ਜਿਹੜਾ ਉਹ ਐਮਰਜੈਂਸੀ ਦੇ ਥੱਲੇ ਕਰ ਦਿੱਤਾ ਗਿਆ ਔਰ ਮਿੰਨੀ ਜਿਹੜੀ ਆ ਮਿਲਟਰੀ ਆ BSF ਉਹਦੇ ਹਵਾਲੇ ਕਰ ਦਿੱਤਾ ਗਿਆ। ਇਸ ਕਰਕੇ ਸ਼ਮਸ਼ੇਰ ਸਿੰਘ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੀਨਾ ਨਗਰ, ਅੱਜ ਦਾ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਉਹ ਕੇਂਦਰ ਸਰਕਾਰ ਦੁਆਰਾ ਜੋ ਅਮਿਤ ਸ਼ਾਹ ਦੁਆਰਾ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ 50 ਕਿਲੋਮੀਟਰ ਦੀ ਹੱਦ 15 ਕਿਲੋਮੀਟਰ ਵਧਾ ਕੇ ਕਰ ਦਿੱਤੀ ਗਈ ਹੈ, ਜਿਸ ਦੇ ਦੌਰਾਨ BSF ਨੂੰ ਜਿਹੜੀ ਇੰਨੀ ਪਾਵਰ ਦੇ ਦਿੱਤੀ ਹੈ ਕਿ ਉਹ 50 ਕਿਲੋਮੀਟਰ ਦੇ ਵਿੱਚ ਜਾ ਕੇ ਆਪਣਾ ਸਾਰਾ ਸਰਚ ਅਭਿਆਨ ਸਾਰੀ ਆਪਣੀ ਪਾਵਰ ਨਾਲ ਕੰਮ ਕਰ ਸਕਦੇ ਨੇ। ਸੋ ਇਸ ਕਰਕੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਿਆਂ ਦੇ ਵਿੱਚ ਸਾਰਿਆਂ 'ਚ ਰੋਸ ਹੈ ਕਿ ਜਿੱਥੇ ਇਹ ਸਾਰਾ ਕੁਛ ਸਾਰਾ ਦੇ ਸਾਰਾ ਚੰਨੀ ਜੋ ਇਸ ਵੇਲੇ ਮੁੱਖ ਮੰਤਰੀ ਹੈ ਪੰਜਾਬ ਦਾ, ਉਸਦੀ ਰਜ਼ਾਮੰਦੀ ਨਾਲ ਉਹਨੇ ਆਪ ਜਾ ਕੇ ਇਹ ਸਹਿਮਤੀ ਦਿੱਤੀ ਹੈ, ਜਿਸ ਕਰਕੇ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਅਤੇ ਆਮ ਆਦਮੀ ਪਾਰਟੀ ਇਸ ਦਾ ਪੁਰਜ਼ੋਰ ਵਿਰੋਧ ਕਰਦੀ ਹੈ ਕਿ ਜਿਹੜਾ ਇਸ ਤਰ੍ਹਾਂ ਦੇ ਮਾਰੂ ਜਿਹੜੇ ਫੈਸਲੇ ਆ ਇਹ ਸਰਕਾਰਾਂ ਨੂੰ ਨਹੀਂ ਲੈਣੇ ਚਾਹੀਦੇ। ਇਹ ਚੰਨੀ ਸਾਹਿਬ ਦਾ ਕੱਲ੍ਹ ਦਾ ਬਿਆਨ, ਜਿੱਦਾਂ ਕਿ ਤੁਸੀਂ ਸਾਡੀ ਧੀ ਦਾ ਖਿਆਲ ਰੱਖਿਓ ਅਸੀਂ ਤੁਹਾਡਾ, ਇਹ ਕਿੱਦਾਂ ਜਿਹੜੇ ਫੈਸਲੇ ਆ ਇਹ ਸਰਕਾਰਾਂ ਨੂੰ ਨਹੀਂ ਲੈਣੇ ਚਾਹੀਦੇ। ਇਹ ਚੰਨੀ ਸਾਹਿਬ ਦਾ ਕੱਲ੍ਹ ਦਾ ਬਿਆਨ, ਜਿੱਦਾਂ ਕਿ ਤੁਸੀਂ ਸਾਡੀ ਧੀ ਦਾ ਖਿਆਲ ਰੱਖਿਓ ਅਸੀਂ ਤੁਹਾਡਾ, ਇਹ ਕਿੱਦਾਂ ਵੇਖਦੇ ਹੋ? ਉਹ ਤਾਂ ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਆਏ ਸਨ ਜੀ। ਜੇਕਰ ਕੋਈ ਇਸ ਤਰ੍ਹਾਂ ਦੀ ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਤਾਂ ਉਹ ਸਾਰਾ ਜ਼ਿਲ੍ਹੇ ਨੂੰ ਕੁਛ ਨਾ ਕੁਛ ਦੇ ਕੇ ਜਾਂਦੇ, ਉਹ ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਖੁਸ਼ ਕਰਕੇ ਗਏ ਨੇ। ਔਰ ਕਹਿਣ ਤੋਂ ਭਾਵ ਬੜੀ ਆਸ ਸੀ ਕਿ ਚੰਨੀ ਜੀ ਦਾ ਫੇਰਾ ਜਿਹੜਾ CM ਸਾਹਿਬ ਦਾ ਸਾਡੇ ਗੁਰਦਾਸਪੁਰ ਕੁਛ ਤਾਂ ਕੁਝ, ਮਤਲਬ ਸਾਡਾ ਜਿਹੜਾ ਬਾਰਡਰ ਏਰੀਆ ਹੋਣ ਕਰਕੇ ਕੁਛ ਤਾਂ ਕੁਛ ਚੰਗੀ ਗੱਲ ਕਰਕੇ ਜਾਣਗੇ, ਪਰ ਇਹ ਤਾਂ ਰਿਸ਼ਤੇਦਾਰਾਂ ਨੂੰ ਕੱਪੜੇ ਹੀ ਵੰਡ ਕੇ ਗਏ ਨੇ। ਮਤਲਬ ਰਿਸ਼ਤੇਦਾਰਾਂ ਦੇ ਵਿੱਚ ਜੋ ਵੀ ਇਹੋ ਜਿਹੀਆਂ ਗੱਲਾਂ ਦੀ ਆਸ ਨਹੀਂ ਸੀ, ਲੋਕ ਇਸ ਚੀਜ਼ 'ਤੇ ਚਲੋ ਇਹ ਹੱਸ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ, ਪਰ ਫਿਰ ਵੀ ਚਲੋ ਚੰਗੀ ਤਰ੍ਹਾਂ ਜਾਣੂ ਨੇ CM ਸਾਹਿਬ ਕਿ ਆਉਣ ਵਾਲਾ ਸਮਾਂ ਹੀ ਆਸ ਕਰਦੇ ਹਾਂ ਕਿ ਜਿਹੜਾ ਕੁਝ ਸਮਾਂ ਇਹਨਾਂ ਕੋਲ ਬਚਿਆ ਕਿ ਪੰਜਾਬ ਨੂੰ ਕੋਈ ਸਾਡੇ ਜ਼ਿਲ੍ਹੇ ਨੂੰ ਗੁਰਦਾਸਪੁਰ ਨੂੰ ਕੋਈ ਚੰਗੀ ਚੀਜ਼ ਦੇਣ, ਜਿਹੜੇ ਚੰਗੀ ਕੋਈ ਡਿਵੈਲਪਮੈਂਟ ਦੀ ਗੱਲ ਕਰਨ, ਚੰਗੀ ਸਾਡੀ ਇੰਡਸਟਰੀ ਦੀ ਕੋਈ ਗੱਲ ਕਰਨ ਸਾਡੀ ਜ਼ਿਲ੍ਹੇ। ਲੋਕਾਂ ਨੇ ਹੁਣ ਆਪਣਾ ਮਨ ਬਣਾ ਲਿਆ, ਪਰ ਲੋਕ ਉਹ ਦੇਖ ਰਿਹਾ ਤੁਹਾਡਾ CM ਦਾ ਚਿਹਰਾ, ਤੁਹਾਡੇ ਵੱਲੋਂ ਲਾਂਚ ਕਿਉਂ ਨਹੀਂ ਕੀਤਾ ਜਾ ਰਿਹਾ? ਕਿਉਂਕਿ ਪਿਛਲੀ ਵਾਰੀ ਵੀ ਜੇ ਹਾਰ ਦਾ ਕਾਰਨ ਮੰਨਿਆ ਜਾਏ ਤੇ ਤੁਹਾਡਾ ਇਹੀ ਰਿਹਾ ਕਿ ਤੁਹਾਡੇ ਕੋਲ CM ਲਾਸਟ ਤੱਕ ਡਿਕਲੇਅਰ ਨਹੀਂ ਕਰ ਪਾਏ ਤੁਸੀਂ, ਹੁਣ ਵੀ ਤੁਹਾਡੇ ਉਹੀ ਹਾਲਾਤ ਨੇ।
ਜਿਹੜਾ ਇਸ ਵਾਰ ਦੀ ਗੱਲ ਕਰੀਏ ਨਾ, ਦੇਖੋ ਜਿਹੜਾ ਸੀਐਮ ਦਾ ਚਿਹਰਾ ਹੋਣਾ ਇੱਕ ਚੰਗਾ ਚਿਹਰਾ ਹੋਣਾ ਬੜੀ ਚੰਗੀ ਜ਼ਰੂਰੀ ਗੱਲ ਨਹੀਂ, ਕਰਨਗੇ ਜ਼ਰੂਰ ਕਰਨਗੇ ਇਸ ਚੀਜ਼ 'ਤੇ ਬੜੀ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਮੁੱਚੀ ਸਾਡੀ ਲੀਡਰਸ਼ਿਪ ਲੱਗੀ ਹੋਈ ਆ। ਸੋ ਸਾਰੇ ਹੀ ਬੜੇ ਇਸ ਗੱਲ ਨੂੰ ਸੰਜੀਦਗੀ ਨਾਲ ਲੈ ਰਹੇ ਨੇ ਕਿ ਜਿਹੜਾ ਸਾਡਾ ਸੀਐਮ ਦਾ ਚਿਹਰਾ ਹੋਵੇ ਉਹ ਚੰਗਾ ਹੋਵੇ। ਵੇਖੋ ਉਹਦਾ ਉਹਨਾਂ ਦੇ ਹੱਥ ਵਾਗਡੋਰ ਦੇਣੀ ਆ ਪੰਜਾਬ ਦੀ, ਔਰ ਚੰਗੀ ਸੋਚ ਦੇ ਮਾਲਕ ਦੇ ਹੱਥ ਵਾਗਡੋਰ ਦੇਣੀ ਚਾਹੁੰਦੇ ਹਾਂ, ਔਰ ਅਸੀਂ ਇਹਦੇ 'ਚ ਜਲਦਬਾਜ਼ੀ ਨਹੀਂ ਕਰਨੀ ਚਾਹੁੰਦੀ। ਪਾਰਟੀ ਚਾਹੁੰਦੇ ਨੇ ਕਿ ਚੰਗਾ ਚਿਹਰਾ ਜਿਹੜਾ ਪੰਜਾਬ ਦਾ ਆਪਾਂ ਪੰਜਾਬ ਨੂੰ ਦਈਏ, ਜਿਹਨੂੰ ਪੰਜਾਬ ਦੇ ਲੋਕ ਅਕਸੈਪਟ ਕਰਨ ਔਰ ਸਮਝਣ ਕਿ ਇਹ ਪੰਜਾਬ ਦੇ ਭਲੇ ਲਈ ਆਇਆ ਔਰ ਪੰਜਾਬ ਦੇ ਭਲੇ ਲਈ ਉਹ ਜਿਹੜਾ ਸੀਐਮ ਦਾ ਚਿਹਰਾ ਸਾਡੇ ਪੰਜਾਬ ਲਈ ਕੰਮ ਕਰਨ। ਇਸ ਕਰਕੇ ਜੋ ਵੀ ਹੋਏਗਾ ਜਲਦੀ ਇਹਦੇ ਲਈ ਪਾਰਟੀ ਲੱਗੀ ਹੋਈ ਹੈ ਬੜੇ ਜ਼ੋਰ ਦੇ ਨਾਲ, ਔਰ ਚੰਗਾ ਜਲਦੀ ਤੁਹਾਨੂੰ ਇਹਦਾ ਮੈਸੇਜ।